ਉਹ ਪਰਿਵਾਰ ਨੂੰ ਦਰਬਾਰ ਸਾਹਿਬ ਵੱਲੋਂ ਦਸਤਾਰ ਦੇ ਰਹੇ ਨੇ। ਬੋਲੇ ਸੋ ਨਿਹਾਲ, ਬਹੁਤ ਹੀ ਭਾਵੁਕ ਸ਼ਬਦਾਂ ਦੇ ਅੰਦਰ ਮਾਤਾ ਜੀ ਨੂੰ ਸਰੂਪਾ ਦਿੱਤਾ ਜਾ ਰਿਹਾ। ਬੋਲੇ ਸੋ ਨਿਹਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬਖਸ਼ਿਸ਼ ਹੋਈ ਹੈ ਸਰੂਪਾ ਦੀ, ਅਤੇ ਨਾਲ ਅਰਦਾਸ ਵੀ ਹੈ ਕਿ ਸਤਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਔਰ ਬਹੁਤ ਹੀ ਭਾਵੁਕ ਸ਼ਬਦਾਂ ਦੇ ਅੰਦਰ ਸਾਧ ਸੰਗਤ ਜੀ, ਬਾਪੂ ਜੀ ਨੇ ਜੋ ਆਪਣੇ ਵਿਚਾਰ ਨੇ ਉਹ ਪੇਸ਼ ਕੀਤੇ ਨੇ। ਮਾਤਾ ਜੀ ਦੋ ਮਿੰਟ ਬੋਲਣਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਰਪਾ ਕਰਕੇ ਕਿ ਉਹ ਸੰਗਤ ਦੇ ਨਾਲ ਵਿਚਾਰ ਰੱਖਣ। ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਉਹ ਵੀ ਸਿਰੋਪਾ ਦੀ ਬਖਸ਼ਿਸ਼ ਕਰ ਰਹੇ ਨੇ ਹਰਿਆਣੇ ਦੀਆਂ ਸੰਗਤਾਂ ਵੱਲੋਂ। ਬੋਲੇ ਸੋ ਨਿਹਾਲ, ਮਾਤਾ ਜੀ, ਮਾਤਾ ਚਰਨ ਕੌਰ ਜੀ। ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੀਆਂ ਸਾਰੀਆਂ ਸਿੱਖ ਸੰਗਤਾਂ, ਮੇਰੇ ਭਰਾ, ਮੇਰੇ ਬੱਚੇ, ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਆਂ ਨੇ ਵੀ ਉਹਨਾਂ ਦੀਆਂ ਸਾਰੀਆਂ ਸ਼ੁਭ ਦੀਆਂ ਗੱਲਾਂ ਬਾਤਾਂ ਸੁਣੀਆਂ, ਉਹਨਾਂ ਨੇ ਵੇਰਵੇ ਅਨੁਸਾਰ ਤੁਹਾਨੂੰ ਸਾਰਿਆਂ ਨੂੰ ਸਾਰਾ ਕੁਛ ਦੱਸ ਦਿੱਤਾ, ਕੁਛ ਸਾਨੂੰ ਤਾਂ ਕੁਛ ਦੱਸਣ ਦੀ ਲੋੜ ਨਹੀਂ। ਉਹਨਾਂ ਦੇ ਫਾਦਰ ਸਾਹਿਬ ਨੇ ਵੀ ਉਹਦੀ ਜੀਵਨੀ ਬਾਰੇ ਕੀ ਦੱਸਿਆ, ਉਹਨਾਂ ਨੇ ਕੀ ਸੰਘਰਸ਼ ਕੀਤਾ, ਕਿੱਥੋਂ ਕਿੱਥੇ ਆਏ, ਉਹ ਵੀ ਮੈਨੂੰ ਦੱਸਣ ਦੀ ਲੋੜ ਨਹੀਂ। ਪਰ ਜਿੱਦੇ 29 ਮਈ ਨੂੰ ਕਾਲਾ ਦਿਨ ਚੜ੍ਹਿਆ, ਉੱਤੇ ਮੇਰਾ ਸਭ ਕੁਛ ਐਂ ਲੱਗਦਾ ਸੀ ਵੀ ਖਤਮ ਹੋ ਗਿਆ। ਪਰ ਤੁਹਾਡੇ ਉਤਸ਼ਾਹ ਨੇ, ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਮੇਰੇ ਬੱਚੇ, ਬਜ਼ੁਰਗ, ਜਿਨ੍ਹਾਂ ਨੇ ਵੀ ਸਾਡਾ ਦੁੱਖ ਵਿੱਚ ਸਾਥ ਦਿੱਤਾ, ਮੈਨੂੰ ਫਿਰ ਤੋਂ ਐਂ ਲੱਗਣ ਲੱਗਿਆ ਵੀ ਮੇਰਾ ਸ਼ੁਭ ਗਿਆ ਨਹੀਂ, ਮੇਰੇ ਆਸ ਪਾਸ ਹੈ। ਮੈਨੂੰ ਬਹੁਤ ਹੌਂਸਲਾ ਮਿਲਿਆ, ਕਿਰਪਾ ਕਰਕੇ ਸਾਡੇ ਹੌਂਸਲੇ ਨੂੰ ਇੱਦਾਂ ਹੀ ਬਣਾਈ ਰੱਖਿਓ। ਜੋ ਵੀ ਸ਼ੁਭ ਬੋਲਦੇ ਸੀ ਪੱਗ ਨੂੰ, ਆਪਣੇ ਮਾਤਾ ਪਿਤਾ ਦੇ ਸਤਿਕਾਰ ਨੂੰ, ਉਸੇ ਤਰ੍ਹਾਂ ਜੇ ਮੈਨੂੰ ਮੇਰੀ ਮਾਂ ਸਮਝਦੇ ਹੋ, ਮੈਂ ਤੁਹਾਨੂੰ ਆਪਦੇ ਬੱਚੇ ਸਮਝੂੰਗੀ, ਉਸੇ ਤਰ੍ਹਾਂ ਉਸਦੇ ਜੋ ਬੋਲ ਨੇ ਉਹਨਾਂ ਨੂੰ ਕਾਇਮ ਰੱਖਿਓ। ਅੱਜ ਪ੍ਰਦੂਸ਼ਣ ਬਹੁਤ ਵੱਧ ਚੁੱਕਿਆ, ਮੈਂ ਹਰੇਕ ਬੱਚੇ ਨੂੰ, ਹਰੇਕ ਮੇਰੇ ਬਜ਼ੁਰਗ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਉਸਦੇ ਨਾਮ ਦਾ ਇੱਕ ਇੱਕ ਰੁੱਖ ਲਾ ਕੇ ਉਹਨੂੰ ਛੱਡਣਾ ਨਹੀਂ, ਉਹਨੂੰ ਪਾਲਣਾ ਹੈ, ਉਸਨੂੰ ਬੋੜ ਦੀ ਤਰ੍ਹਾਂ ਵਧਾਉਣਾ ਹੈ, ਤਾਂ ਜੋ ਮੈਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕੇ। ਇੰਨੀਆਂ ਗੱਲਾਂ ਕਰਦੀ ਹੋਈ ਮੈਂ ਖਿਮਾ ਦੀ ਜਾਚਕਾਂ ਇੱਥੇ ਪਹੁੰਚਣ ਦੇ ਸਭ ਦਾ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ, ਇੱਕ ਦੋ ਬੇਨਤੀਆਂ ਹੋਰ ਨੇ। ਬੇਟੇ ਦਾ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਦੇ ਜਿਹੜੇ ਪੇਜ ਬਣਿਆ ਹੋਇਆ, ਕਈ ਮੇਰੇ ਭਰਾ ਇਸ ਗੱਲ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਕਿ ਉਹਦੇ ਫੇਕ ਪੇਜ ਬਣਾ ਕੇ ਕੋਈ ਮੱਥਾ ਟੇਕਣ ਲਈ ਪੈਸੇ ਪਵਾ ਰਿਹਾ, ਕੋਈ ਕੁਛ ਕਰ ਰਿਹਾ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ, ਤੁਹਾਡੇ ਚਰਨਾਂ 'ਚ ਤੁਸੀਂ ਕੋਈ ਵੀ ਸਿੱਧੂ ਮੂਸੇਵਾਲੇ ਨਾਲ ਜੁੜੀ ਕੋਈ ਜਾਣਕਾਰੀ ਹੈ, ਕੋਈ ਪ੍ਰੋਗਰਾਮ ਹੈ, ਉਹਦੇ ਜਸਟਿਸ ਸੰਬੰਧੀ ਮੈਂ ਖੁਦ ਅਨਾਊਂਸ ਕਰੂੰਗਾ। ਆਪਾਂ ਵੇਖਦੇ ਹਾਂ, ਆਪਾਂ ਸਰਕਾਰ ਨੂੰ ਟਾਈਮ ਦਿੱਤਾ, ਜੇ ਆਪਾਂ ਨੂੰ ਕੋਈ ਅਗਲਾ ਸੰਘਰਸ਼ ਲੀਕੂੰਗਾ ਮੈਂ ਕੋਟੀ, ਜਦ ਤੱਕ ਆਪਾਂ ਨੂੰ ਇਨਸਾਫ਼ ਨਹੀਂ ਮਿਲਦਾ ਟੇਕ ਕੇ ਨਹੀਂ ਬੈਠਾਂਗੇ। ਮੇਰਾ ਤੁਹਾਡੇ ਨਾਲ ਵਾਅਦਾ ਹੈ, ਪਰ ਮੈਂ ਇਹ ਵੀ ਨਹੀਂ ਕਰਨਾ ਚਾਹੁੰਦਾ ਵੀ ਮੈਂ ਕਿਸੇ ਨੂੰ ਸਮਾਂ ਵੀ ਨਾ ਦੇਵਾਂ। ਸਰਕਾਰ ਨੂੰ ਸਮਾਂ ਲੱਗਦਾ ਟਾਈਮ, ਤਾਂ ਮੈਂ ਤੁਹਾਨੂੰ ਇੰਸਟਾਗ੍ਰਾਮ ਦੇ ਉੱਤੇ ਜੋ ਵੀ ਸੰਘਰਸ਼ ਦੀ ਅਗਲੀ ਰੂਪਰੇਖਾ ਤੁਹਾਨੂੰ ਅਸੀਂ ਦੱਸਾਂਗੇ। ਹੋਰ ਜਿਹੜੀਆਂ ਫੇਕ ਸੂਚਨਾਵਾਂ ਨੇ, ਕੋਈ ਕੁਛ ਪੇਜ ਬਣਾਈ ਬੈਠਾ, ਕੋਈ ਸਟੋਰੀਆਂ ਪਾਈ ਜਾਂਦਾ, ਬਹੁਤ ਕੁਛ ਹੋਊਗਾ ਉਹਦੇ ਇੰਸਟਾਗ੍ਰਾਮ 'ਤੇ ਸਿੱਧੂ ਦੇ ਨਾਮ 'ਤੇ। ਤਾਂ ਤੁਸੀਂ ਕੋਈ ਵੀ ਗੱਲ ਦਾ ਸੱਚ ਨਹੀਂ ਮੰਨਣਾ, ਕਿਸੇ ਵੀ ਗਤੀਵਿਧੀ ਨੂੰ ਸੱਚਾ ਨਹੀਂ ਮੰਨ ਲੈਣਾ ਜਦ ਤੱਕ ਤੁਹਾਨੂੰ ਮੈਂ ਦੱਸੂੰਗਾ, ਮੈਂ ਖੁਦ ਲਾਈਵ ਹੋ ਕੇ ਵੀਡੀਓ ਪਾ ਕੇ ਤੁਹਾਨੂੰ ਉਸ ਦੀ ਮੁਕੰਮਲ ਜਾਣਕਾਰੀ ਦੇਊਂਗਾ। ਧੰਨਵਾਦ।